ਸੋਹਣੀ ਸ਼ਕਲ ਤੇ ਆਸ਼ਿਕ ਹੋਣਾ ਏਕਾਦੀ ਜਣਾਈ ਆਸ਼ਿਕ ਹੋ ਤੂੰ ਉਸ ਸੋਹਣੇ ਦਾ ਜਿਸ ਇਸ਼ਕ ਬਣਾਈ ਤੇ ਕੱਖ ਸਵਾਦ ਨਾ ਕੱਖ ਸਵਾਦ ਨਾ ਮਿਸਰੀ ਅੰਦਰ ਖੰਡਾਂ ਵੀ ਚੱਖ ਡਿੱਠੀਆਂ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਗੱਲਾਂ ਨਬੀ ਦੀਆਂ ਮਿੱਠੀਆਂ ਤੇ ਮੇਰੇ ਆਕਾ ਲਿਖਤੇ ਹੈ ਕਿ ਮੇਰੇ ਆਕਾ ਨੇ ਫਰਮਾਇਆ ਕਰ ਲੋ ਖਿਦਮਤ ਮਾਂ ਦੀ ਜਿਸ ਨੇ ਕਾਬਾ ਤੱਕਣਾ ਹੋਵੇ ਤੱਕ ਲੈ ਸੂਰਤ ਮਾਂ ਦੀ ਬਾਪ ਮਰੇ ਸਿਰ ਨੰਗਾ ਹੋਦਾ ਵੀਰ ਮਰਨ ਕੰਡ ਖਾਲੀ ਓ ਮਾਵਾਂ ਬਾਜ ਮੁਹੰਮਦ ਬਖਸ਼ਾ ਓ ਕੌਣ ਕਰੇ ਰਖਵਾਲੀ ਔਰ ਦੇਖੇ ਮੈਂ ਸਮਝਤਾ ਹੂੰ ਕਿ ਮਾਏ ਉਨਸੇ ਪੂਛੀਏ ਜਿਨਕੀ ਮਾਏ ਦੁਨੀਆ ਸੇ ਚਲੀ ਗਈ ਯੇ ਐਸੀ ਨਿਮਤ ਹੈ ਅੱਲਾ ਤਾਲਾ ਜਿਨਕੀ ਜ਼ਿੰਦਾ ਹੈ ਸਿਹਤ ਕੇ ਸਾਥ ਲੰਬੀ ਉਮਰ ਅਤਾ ਫਰਮਾਏ ਔਰ ਹਮੇ ਉਨਕੀ ਖਿਦਮਤ ਕਰਨੇ ਕੀ ਤੋਫੀਕ ਅਤਾ ਫਰਮਾਏ ਜਿਨਕੀ ਬਿਮਾਰ ਹੈ ਸਮੈਤ ਮੇਰੀ ਮਾਂ ਕੇ ਅੱਲਾ ਤਾਲਾ ਉਨੇ ਸ਼ਿਫਾ ਅਤਾ ਫਰਮਾਏ ਮੁਹੱਬਤ ਸੇ ਕਹਿ ਦੀਜੀਏ ਆਮੀਨ ਸ਼ੇਰ ਮੁਰਾਦਾ ਕੀਜੀਏ ਮੀਆਂ ਸਾਹਿਬ ਲਿਖਤੇ ਹੈ ਕਿ ਮਾਂ ਦਾ ਸਾਇਆ ਬਰਕਤਾਂ ਵਾਲਾ ਮਾਂ ਜੇ ਰਹਿਮਤ ਰੱਬ ਦੀ ਹਰ ਸ਼ੈ ਜਗ ਤੇ ਮਿਲ ਜਾਂਦੀ ਏ ਪਰ ਮਾਂ ਕਿਤੇ ਨਹੀਂ ਲੱਭਦੀ ਤੇ ਕਦਰ ਪਾਣੀ ਦਾ ਡੈਫੀਨੇਟਲੀ ਆਖਰੀ ਸ਼ੇਰ ਮੁਲਾਹਜ਼ਾ ਕੀਜੀਏ ਈਮਾਨ ਤਾਜ਼ਾ ਹੋਗਾ ਲਿਖਤੇ ਹੈ ਕਿ ਕਦਰ ਨਬੀ ਕਦਰ ਪਾਣੀ ਦਾ ਮੱਛਲੀ ਜਾਣੇ ਜਾਣੇ ਮੁਰਗਾ ਵੀ ਕਦਰ ਨਬੀ ਦਾ ਅੱਲਾ ਜਾਣੇ ਜਾਂ ਜਾਣੇ ਅਸਹਾਬੀ
تے چل اے سجنا حوالے رب دے او میلے چار دن دے او جس دن پھر بلانے گا تو اس دن پھر ملا گے تیبا والمو مایا تیبا والمو مایا تیبا والمو مایا او ایک سونا تو لگنے او پھر تو جاوی تو مایا او ایک سونا تو لگنے او پھر تو جاوی تو مایا تیبا بے کے میں چاہ پیتی تیبا بے کے میں چاہ پیتی اوے اجڑی بس گئی او جد سونے نگاہ کیتی